ਬਾਦਲਾਂ ਦੀ ਗੁੱਡੀ ਅੰਬਰੀ ਉੱਡਣ ਤੋਂ ਪਹਿਲਾਂ ਹੀ ਡੱਕ ਡੋਲੇ ਖਾਂਦੀ ਵਾਪਸ ਧਰਤੀ ਤੇ ਮੁੜ ਆਈ। ਬਾਦਲਾਂ ਦੀ ਫੋਟੋ ਵਾਲੀ ਲੜਖੜਾਉਂਦੀ ਇਹ ਗੁੱਡੀ ਬਠਿੰਡਾ ਦੇ ਪਰਸਰਾਮ ਨਗਰ ਵਿੱਚ ਸਾਬਕਾ MC ਵੱਲੋਂ 2019 ਦਾ ਆਗਾਜ਼ ਦੱਸ ਕੇ ਉਡਾਈ ਗਈ ਸੀ, ਪਰ ਪਤੰਗ ਦਾ ਸਾਈਜ਼ ਵੱਡਾ ਹੋਣ ਕਰਕੇ ਅਤੇ ਉੱਪਰ ਲੱਗੀਆਂ ਹਰਸਿਮਰਤ ਸੁਖਬੀਰ ਅਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਫੋਟੋਆਂ ਦੇ ਭਾਰ ਕਾਰਨ ਇਹ ਗੁੱਡੀ ਅਸਮਾਨ ਵਿੱਚ ਉਡਾਰੀ ਨਹੀਂ ਲਾ ਸਕੀ। ਭਾਵੇਂ ਕਿ ਮਿਸ਼ਨ 2019 ਦਾ ਆਗਾਜ਼ ਕਹਿ ਕੇ ਛੱਡੀ ਇਸ ਗੁੱਡੀ ਨੂੰ ਹੋਰ ਗੁਬਾਰੇ ਬੰਨ ਕੇ ਉਡਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਬਾਦਲਾਂ ਦੀਆਂ ਫੋਟੋਆਂ ਵਾਲਾ ਇਹ ਮਿਸ਼ਨ 2019 ਦਰਖਤਾਂ ਵਿੱਚ ਹੀ ਅਟਕ ਕੇ ਰਹਿ ਗਿਆ। ਅਖੀਰ ਸੁਖਬੀਰ ਅਤੇ ਹਰਸਿਮਰਤ ਦੀਆਂ ਫੋਟੋਆਂ ਵਾਲੀਆਂ ਵੱਖਰੀਆਂ ਵੱਖਰੀਆਂ ਛੋਟੀਆਂ ਪਤੰਗਾਂ ਨੂੰ ਗੁਬਾਰਿਆਂ ਨਾਲ ਉਡਾਇਆ ਗਿਆ। ਬਹੁਤ ਪਾਵਨ ਤਿਉਹਾਰ ਆ ਬਸੰਤ ਰਿਤੂ, ਜਦੋਂ ਭਾਦੋਂ ਦਾ ਆਉਂਦੀ ਹੈ ਬਰਸਾਤ, ਆਪਣਾ ਮੌਸਮ ਬਦਲਦੇ ਆ ਜਦੋਂ, ਉਸ ਟਾਈਮ ਤੇ ਬਸੰਤ ਰਿਤੂ ਮਨਾਈ ਜਾਂਦੀ ਹੈ। ਉਦੋਂ ਬਾਅਦ ਬਸੰਤ ਬਹਾਰ ਇੱਕ ਗਾਣਾ ਵੀ ਬਣਿਆ ਸੀ, ਇੱਕ ਬਰਸ ਕੇ ਮੌਸਮ ਚਾਰ, ਇਹ ਪੰਜਵਾਂ ਮੌਸਮ ਪਿਆਰ ਕਾ। ਇਹ ਜਿਹੜੇ ਪਿਆਰ ਦੇ ਸੰਦੇਸ਼ ਦੇ ਕੇ ਅਸੀਂ ਉੱਤੇ ਭੇਜੇ ਹੈ, ਇਹ ਪਤੰਗ ਤੁਸੀਂ ਦੇਖੋ ਗੁਬਾਰੇ ਜਿਹੜੇ ਲੈ ਕੇ ਗਏ ਹੈ। ਇਹ ਅੱਜ ਮਿਸ਼ਨ 2019 ਸ਼ੁਰੂ ਹੋਇਆ ਅਤੇ ਸਾਨੂੰ ਇੱਕ ਸੰਦੇਸ਼ ਦਿੱਤਾ ਸਾਰੇ ਸ਼ਹਿਰ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਕਿ ਚਾਈਨਾ ਡੋਰ ਦੇ ਨਾਲ ਪਤੰਗ ਨਾ ਉਡਾਓ। ਇਹ ਸਾਡੇ ਸੁਖਬੀਰ ਸਿੰਘ ਬਾਦਲ ਜੀ ਦਾ ਸੰਦੇਸ਼ ਸੀਗਾ, ਸਿਮਰਨ ਕੌਰ ਬਾਦਲ ਜੀ ਦਾ ਸੰਦੇਸ਼ ਸੀ, ਜਿਹੜਾ ਅੱਜ ਅਸੀਂ ਗੁਬਾਰਿਆਂ ਨਾਲ ਬੰਨ ਕੇ ਸੈਂਕੜਿਆਂ ਗੁਬਾਰਿਆਂ ਦੇ ਨਾਲ ਸੈਂਕੜਾਂ ਦੀ ਗਿਣਤੀ ਦੇ ਅੰਦਰ ਅਤੇ ਹਜ਼ਾਰਾਂ ਦੀ ਗਿਣਤੀ 'ਚ ਪਤੰਗ ਵੰਡੇ ਹੈ, ਜਿਨ੍ਹਾਂ ਦੇ ਉੱਤੇ ਹਰਸਿਮਰਤ ਕੌਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਜੀ ਦੀਆਂ ਫੋਟੋਆਂ ਲੱਗੀਆਂ ਹੋਈਆਂ, ਅਤੇ ਬਹੁਤ ਵੱਡੇ ਵੱਡੇ ਪਤੰਗ ਉਡਾਏ ਗਏ। ਇੱਕ ਸੰਦੇਸ਼ ਦਿੱਤਾ ਗਿਆ ਸਾਰੇ ਪੰਜਾਬ ਨੂੰ ਕਿ 2019 ਜਿਹੜਾ ਮਿਸ਼ਨ ਹੈ ਸ਼ੁਰੂ ਹੋ ਚੁੱਕਿਆ ਹੈ, ਆਓ ਸਾਰੇ ਵੱਧ ਚੜ ਕੇ ਦੇਖੀਏ, ਜ਼ੋਰ ਲਾਈਏ ਅਤੇ 2019 ਨੂੰ ਫਤਿਹ ਬਣਾਈਏ, ਅਤੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਨੂੰ ਦੁਬਾਰਾ ਸੈਂਟਰ ਦੇ ਅੰਦਰ ਭੇਜ ਕੇ ਇੱਕ ਵਧੀਆ ਸਰਕਾਰ ਜਿਹੜੀ ਪੰਜਾਬ ਦੇ ਅੰਦਰ ਖੁਸ਼ਹਾਲੀ ਲਿਆਵੇ। ਪੰਜਾਬ ਨਾਲ ਜੁੜੀਆਂ ਬਿਹਤਰੀਨ ਖਬਰਾਂ ਲਈ ਸਾਡਾ YouTube ਚੈਨਲ ਗ੍ਰੇਟਰ ਪੰਜਾਬ ਜ਼ਰੂਰ ਸਬਸਕ੍ਰਾਈਬ ਕਰੋ।